ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਪੋਜ਼ਿਟਿਵ ਪੰਜਾਬ ਦੇ ਚੈਨਲ ਵਿੱਚ ਸਵਾਗਤ ਹੈ। ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਨੂੰ ਸਬਸਕ੍ਰਾਈਬ ਕਰਕੇ, ਅਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਅੱਧ ਚਾਨਣੀ ਰਾਤ ਨਾਵਲ ਗੁਰਦਿਆਲ ਸਿੰਘ ਦਾ ਨਾਵਲ ਹੈ ਅਤੇ ਇਹ ਨਾਵਲ 1972 ਦੇ ਵਿੱਚ ਪ੍ਰਕਾਸ਼ਿਤ ਹੋਇਆ। ਨਾਵਲ ਵਿੱਚ ਦੁਖਾਂਤ ਦਾ ਭੋਗਣ ਹਾਰ ਮੋਦਨ ਹੈ ਜੋ ਆਪਣੇ ਪਿਓ ਦੇ ਬਦਲੇ ਦੀ ਭਾਵਨਾ ਖਾਤਰ ਕਤਲ ਦੇ ਕੇਸ ਵਿੱਚ 14 ਸਾਲ ਦੀ ਕੈਦ ਭੋਗਦਾ ਹੈ। ਕੈਦ ਤੋਂ ਰਿਹਾਅ ਹੋਣ ਉਪਰੰਤ ਜਦੋਂ ਘਰ ਪੁੱਜਦਾ ਹੈ ਤਾਂ ਉਸਦਾ ਕੋਈ ਮੁੱਲ ਨਹੀਂ ਪੈਂਦਾ। ਦੁਖੀ ਹੋਇਆ ਮੋਦਨ ਪਹਿਲਾਂ ਦੂਜੇ ਭਰਾਵਾਂ ਦੇ ਨਾਲ ਵੰਡ ਵੰਡਾਰਾ ਕਰਦਾ ਹੈ ਅਤੇ ਫਿਰ ਮਨ ਦਾ ਭਾਰ ਹਲਕਾ ਕਰਨ ਲਈ ਮੁੱਲ ਦੀ ਤੀਵੀਂ ਲਿਆ ਕੇ ਕਬੀਲਦਾਰਾਂ ਵਾਲਾ ਘਰ ਵਸਾ ਲੈਂਦਾ ਹੈ। ਅਖੀਰ ਉਸਦੇ ਇਸ ਘਰ ਦੇ ਉਜੜਨ ਅਤੇ ਆਪਣੇ ਭਰਾ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦਾ ਹੋਇਆ ਉਹ ਮੌਤ ਨੂੰ ਗਲੇ ਲਗਾ ਲੈਂਦਾ ਹੈ। ਇਸ ਤਰ੍ਹਾਂ ਨਾਵਲ ਵਿੱਚ ਮੋਦਨ ਦੇ ਦੁਖਾਂਤ ਦੇ ਰਾਹੀਂ ਪੰਜਾਬ ਦੇ ਪੇਂਡੂ ਸਮਾਜ ਵਿੱਚ ਚੱਲ ਰਹੇ ਅੰਤਰ ਸ਼੍ਰੇਣੀ ਸੰਬੰਧਾਂ ਅਰਥਾਤ ਕਿਰਸਾਨੀ ਅੰਦਰਲੇ ਵਿਰੋਧਾਂ ਦੇ ਉੱਤੇ ਝਾਤ ਪਾਈ ਗਈ ਹੈ। ਨਾਵਲ ਦਾ ਵਿਸ਼ਾ ਕਿਸਾਨੀ ਦੇ ਅੰਦਰਲੇ ਵਿਰੋਧਾਂ ਦੀ ਤ੍ਰਾਸਦੀ ਹੈ। ਪੰਜਾਬ ਦੀਆਂ ਜੱਟ ਕਿਸਾਨ ਸ਼੍ਰੇਣੀਆਂ ਜਿਵੇਂ ਜਿਵੇਂ ਪੂੰਜੀਵਾਦੀ ਸੱਭਿਆਚਾਰ ਦੀ ਵਲੇਟ ਦੇ ਵਿੱਚ ਆਉਂਦੀਆਂ ਗਈਆਂ, ਤਿਵੇਂ ਤਿਵੇਂ ਉਹਨਾਂ ਦੇ ਮਨ 'ਚੋਂ ਪੁਰਾਣੀ ਕਿਸਾਨੀ ਸਾਂਝ ਅਤੇ ਸੰਯੁਕਤ ਪਰਿਵਾਰ ਦੀ ਭਾਵਨਾ ਖੁਰਦੀ ਗਈ ਅਤੇ ਇਸ ਦੀ ਥਾਂ 'ਤੇ ਵੱਧ ਤੋਂ ਵੱਧ ਜ਼ਮੀਨ ਪ੍ਰਾਪਤ ਕਰਨ ਦੀ ਲਾਲਸਾ ਵੱਧਦੀ ਗਈ। ਇਸ ਤਬਦੀਲੀ ਨੇ ਪੰਜਾਬ ਦੇ ਪਿੰਡਾਂ ਦੇ ਮੁਕਾਬਲਤਨ ਸ਼ਾਂਤਮਈ ਮਾਹੌਲ ਦੇ ਵਿੱਚ ਕਈ ਤਰ੍ਹਾਂ ਦੇ ਵਿਰੋਧ ਖੜ੍ਹੇ ਕਰ ਦਿੱਤੇ। ਅੱਧ ਚਾਨਣੀ ਰਾਤ ਇਹਨਾਂ ਵਿਰੋਧਾਂ ਦੀ ਤ੍ਰਾਸਦੀ ਦਾ ਕਲਾਮਈ ਵਰਣਨ ਹੈ। ਇੱਥੇ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਨਾਵਲ ਅੱਧ ਚਾਨਣੀ ਰਾਤ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਹ ਅਵਾਰਡ 1975 ਦੇ ਵਿੱਚ ਦਿੱਤਾ ਗਿਆ। ਧੰਨਵਾਦ।